ਸਤਿ ਸ਼੍ਰੀ ਅਕਾਲ ਜੀ। ਛੋਟੀ ਜਿਹੀ ਬੇਨਤੀ ਆ, ਲਾਲ ਰੰਗ ਦੇ ਬਟਨ 'ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ। ਤੁਹਾਡਾ ਆਪਣਾ ਚੈਨਲ ਪੰਜਾਬੀ ਪੈਰਸ ਤੋਂ ਨਾਲ ਨਿੱਕੀ ਜਿਹੀ ਘੰਟੀ 'ਤੇ ਕਲਿੱਕ ਕਰ ਦਿਓ ਜੀ। ਧੰਨਵਾਦ। ਅੱਜ ਤੁਹਾਨੂੰ ਦੱਸਾਂਗੇ ਆਪਾਂ ਇੰਸਟਾਗ੍ਰਾਮ ਤੋਂ ਕਿਸ ਤਰੀਕੇ ਨਾਲ ਵੀਡੀਓ ਡਾਊਨਲੋਡ ਕੀਤੀ ਜਾਂਦੀ ਆ। ਬਹੁਤ ਸਾਰੇ ਵੀਰਾਂ ਦੇ ਮੈਸੇਜ ਆਏ ਸੀਗੇ ਕਿ ਇੰਸਟਾਗ੍ਰਾਮ ਤੋਂ ਸਾਨੂੰ ਵੀਡੀਓ ਡਾਊਨਲੋਡ ਕਰਨੀ, ਦੱਸੋ ਕਿ ਕਿਸ ਤਰੀਕੇ ਨਾਲ ਹੁੰਦੀ ਹੈ। ਕਿਉਂਕਿ ਕੱਲ੍ਹ ਆਪਾਂ ਵੀਡੀਓ ਪਾਈ ਸੀਗੀ ਕਿ ਫੇਸਬੁੱਕ ਤੋਂ ਆਪਾਂ ਵੀਡੀਓ ਕਿਸ ਤਰੀਕੇ ਨਾਲ ਡਾਊਨਲੋਡ ਕਰ ਸਕਦੇ ਹਾਂ, ਅਤੇ ਆਓ ਤੁਹਾਨੂੰ ਹੁਣ ਦੱਸੀਏ। ਸਭ ਤੋਂ ਪਹਿਲਾਂ ਆਪਾਂ ਜੀ ਪਲੇ ਸਟੋਰ ਖੋਲ੍ਹਣਾ ਆ। ਪਲੇ ਸਟੋਰ ਦੇ ਵਿੱਚ ਆਪਾਂ ਸਰਚ ਕਰਨਾ ਜੀ ਇੰਸਟਾ ਵੀਡੀਓ ਡਾਊਨਲੋਡਰ। ਠੀਕ ਹੈ ਜੀ, ਇਸ ਪ੍ਰਕਾਰ ਦੀ ਇਹ ਐਪਲੀਕੇਸ਼ਨ ਆ, ਵੀਡੀਓ ਡਾਊਨਲੋਡਰ ਫਰੋਮ ਇੰਸਟਾਗ੍ਰਾਮ, ਇਨ ਸ਼ੋਰਟ ਵਾਲਿਆਂ ਦੀ ਆ। ਅਤੇ ਇਹਨੂੰ ਮੈਂ ਇੰਸਟਾਲ ਕੀਤਾ ਵਾ, ਤੁਸੀਂ ਇਹਨੂੰ ਕਰ ਲਿਓ, ਅਤੇ 10 ਮਿਲੀਅਨ ਲੋਕਾਂ ਨੇ ਇਹਨੂੰ ਕੀਤੀ ਵੀ ਆ। ਮੈਂ ਨਿੱਕੀ ਜਿਹੀ ਬੇਨਤੀ ਕਰਨਾ ਚਾਹਾਂਗਾ, ਪਲੀਜ਼ ਵੀਡੀਓ ਜੇਕਰ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ, ਅਤੇ ਚੈਨਲ ਨੂੰ ਥੱਲੇ ਲਾਲ ਰੰਗ ਦੀ ਘੰਟੀ ਉਸੇ ਸਬਸਕ੍ਰਾਈਬ ਕਰ ਦਿਓ, ਅਤੇ ਆਪਣੇ ਵਿਚਾਰ ਜ਼ਰੂਰ ਦਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਅਤੇ ਹੁਣ ਆਪਾਂ ਜੀ ਇਹ ਐਪਲੀਕੇਸ਼ਨ ਇੰਸਟਾਲ ਕਰਕੇ ਅਤੇ ਇਹਨੂੰ ਓਪਨ ਕਰਕੇ ਇੱਦਾਂ ਛੱਡ ਦੇਣੀ ਆ। ਹੁਣ ਆਪਾਂ ਇੰਸਟਾਗ੍ਰਾਮ ਖੋਲ੍ਹਾਂਗੇ, ਜਿਹੜਾ ਆਪਣਾ ਇੰਸਟਾਗ੍ਰਾਮ ਆ। ਇੰਸਟਾਗ੍ਰਾਮ ਦੇ ਵਿੱਚ ਮੰਨ ਲਓ ਮੈਂ ਆਪਣੇ ਸਾਡਾ ਇੰਸਟਾਗ੍ਰਾਮ ਦਾ, ਜਿਨ੍ਹਾਂ ਵੀਰਾਂ ਨੇ ਫੋਲੋ ਨਹੀਂ ਕੀਤਾ ਸਾਨੂੰ ਇੰਸਟਾਗ੍ਰਾਮ ਤੋਂ ਪੰਜਾਬੀ ਪੈਰਸ ਦੇ ਨਾਂ ਤੋਂ ਸਰਚ ਕਰਕੇ ਫੋਲੋ ਕਰੋ। ਅਤੇ ਜਿੱਦਾਂ ਮੰਨ ਲਓ ਇੰਸਟਾਗ੍ਰਾਮ 'ਤੇ ਆਹ ਵੀਡੀਓ ਚੜ੍ਹਾਈ ਗਈ ਹੈ ਸਾਡੀ, ਜਿੱਦਾਂ ਆਹ ਵੀਡੀਓ ਤੁਹਾਨੂੰ ਪਸੰਦ ਆ ਗਈ, ਤੁਸੀਂ ਡਾਊਨ ਚਾਹੇ ਕੋਈ ਵੀ ਵੀਡੀਓ ਆ ਅਤੇ ਤੁਹਾਨੂੰ ਵੀਡੀਓ ਪਸੰਦ ਆ ਜਾਂਦੀ ਆ ਅਤੇ ਤੁਸੀਂ ਚਾਹੁੰਦੇ ਹੋ ਕਿ ਆਪਾਂ ਉਸਨੂੰ ਡਾਊਨਲੋਡ ਕਰੀਏ, ਜਿੱਦਾਂ ਆਹ ਵੀਡੀਓ ਸੀਗੀ, ਤੁਸੀਂ ਸਾਈਡ 'ਤੇ ਦੇਖ ਰਹੇ ਹੋ 3 ਬਿੰਦੀਆਂ ਨੇ, ਇਹਨਾਂ 'ਤੇ ਕਲਿੱਕ ਕਰਨਾ ਹੈ। ਇਹਨਾਂ 'ਤੇ ਕਲਿੱਕ ਕਰਨ ਤੋਂ ਬਾਅਦ ਕਾਪੀ ਸ਼ੇਅਰ URL 'ਤੇ ਕਰਨਾ ਕਲਿੱਕ, ਤੁਸੀਂ ਕਾਪੀ ਸ਼ੇਅਰ URL 'ਤੇ ਉਸ 'ਤੇ ਕਲਿੱਕ ਕਰਾਂਗੇ। ਠੀਕ ਹੈ ਜੀ, ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਥੱਲੇ ਆਪਣੇ ਆਪ ਉਹ ਜਿਹੜੀ ਆਪਾਂ ਐਪਲੀਕੇਸ਼ਨ ਡਾਊਨਲੋਡ ਕੀਤੀ ਆ ਇੰਸਟਾ ਵੀਡੀਓ ਡਾਊਨਲੋਡ, ਉਹ ਆਪਣੇ ਆਪ ਉਹਦਾ ਸਾਈਨ ਆ ਗਿਆ ਆ। ਆਪਾਂ ਇਸ 'ਤੇ ਕਲਿੱਕ ਕਰ ਦੇਵਾਂਗੇ। ਆ ਤੁਸੀਂ ਦੇਖ ਸਕਦੇ ਹੋ ਕਿਹੜਾ ਲਿੰਕ ਆਪਣੇ ਆਪ ਜਿਹੜਾ ਕਿ ਇੱਥੇ ਕਾਪੀ ਹੋ ਰਿਹਾ ਆ, ਅਤੇ ਵੀਡੀਓ ਆਹ ਆਪਣੇ ਆਪ ਡਾਊਨਲੋਡ ਹੋਣ ਲੱਗ ਗਈ। ਠੀਕ ਹੈ, ਅਤੇ ਵੀਡੀਓ ਸੇਵ ਹੋ ਗਈ ਹੈ। ਜੇਕਰ ਨਾ ਹੋਵੇ ਸੇਵ, ਤੁਸੀਂ ਕੀ ਕਰਨਾ ਆ, ਇੰਸਟਾਗ੍ਰਾਮ ਦੇ ਵਿੱਚੋਂ ਐਸੇ ਇੱਦਾਂ ਕਰਕੇ ਕਾਪੀ ਸ਼ੇਅਰ URL ਕਰ ਲੈਣਾ ਆ। ਠੀਕ ਹੈ ਜੀ, ਹੁਣ ਤੁਸੀਂ ਦੇਖ ਸਕਦੇ ਹੋ ਕਿ ਹੁਣ ਉਹ ਇੰਸਟਾਗ੍ਰਾਮ ਵਾਲਾ ਲੋਗੋ ਨਹੀਂ ਆਇਆ ਡਾਊਨਲੋਡ ਵਾਲਾ। ਉਸ ਤੋਂ ਬਾਅਦ ਤੁਸੀਂ ਉਸ ਇੰਸਟਾਗ੍ਰਾਮ ਦਾ ਜਿਹੜਾ ਵੀਡੀਓ ਡਾਊਨਲੋਡ ਹੁੰਦੀਆਂ ਨੇ ਉਹ ਐਪਲੀਕੇਸ਼ਨ ਖੋਲ੍ਹਣੀ ਹੈ। ਮੰਨ ਲਓ ਮੈਂ ਖੋਲ੍ਹ ਲਈ ਡਾਇਰੈਕਟ, ਸੋਰੀ, ਇਹਦੇ ਵਿੱਚ ਜੀ ਜਿੱਥੇ ਆਹ ਹੁੰਦਾ ਆ ਆਹ ਚੀਜ਼ ਹੈ ਨਾ ਖਾਲੀ ਪਈ ਆ, ਇਸ 'ਤੇ ਮੈਂ ਇਹ ਖਾਲੀ ਹੋਊਗੀ ਜਦੋਂ ਖੋਲੂੰਗਾ, ਇਸ 'ਤੇ ਮੈਂ ਇਹਨੂੰ ਆ ਕੇ ਪੇਸਟ ਕਰ ਦੇਣਾ ਹੈ ਜਿਹੜਾ ਉੱਥੋਂ ਕਾਪੀ URL ਚੱਕਿਆ ਸੀਗਾ। ਠੀਕ ਹੈ ਜੀ, ਕਹਿੰਦੇ ਤੂੰ ਆਲਰੇਡੀ ਕੀਤੀ ਵੀ ਇੱਦਾਂ ਕਰਕੇ, ਅਤੇ ਉਸ ਤੋਂ ਬਾਅਦ ਇੱਥੇ ਪੇਸਟ ਕਰਤਾ। ਇੱਕ ਮਿੰਟ ਤੁਹਾਨੂੰ ਦਿਖਾਉਣ ਵਾਸਤੇ ਆਪਾਂ ਇਹਨੂੰ ਕਰਤਾ, ਆਹ ਦੇਖ ਲਓ ਵੀਡੀਓ ਆ ਗਈ। ਹੁਣ ਮੈਂ ਇਸ ਡਾਊਨਲੋਡ ਦਾ ਤੀਰ ਥੱਲੇ ਨਹੀਂ ਆਉਂਦਾ, ਇਸ 'ਤੇ ਕਲਿੱਕ ਕਰਨਾ ਨਾ ਜਦੋਂ ਡਾਊਨਲੋਡ ਵੀਡੀਓ ਆ ਰਹੀ ਹੈ। ਜਦ ਫੋਟੋ ਕਰਨੀ ਤਾਂ ਫੋਟੋ ਦਾ ਵੀ ਸੇਮ ਪ੍ਰੋਸੀਜਰ ਆ, ਡਾਊਨਲੋਡ ਆਪਾਂ ਇਮੇਜ 'ਤੇ ਕਰ ਸਕਦੇ ਹਾਂ, ਵੀਡੀਓ ਕਰਨੀ ਉਹਦੇ ਡਾਊਨਲੋਡ ਵੀਡੀਓ 'ਤੇ ਕਰ ਸਕਦੇ, ਡਾਊਨਲੋਡ ਵੀਡੀਓ 'ਤੇ ਕਲਿੱਕ ਕਰਾਂਗੇ, ਵੀਡੀਓ ਸੇਵ, ਵੀਡੀਓ ਡਾਊਨਲੋਡ ਹੋ ਗਈ। ਬਹੁਤ ਜਲਦੀ ਵੀਡੀਓ ਹੁੰਦੀ। ਹੁਣ ਤੁਸੀਂ ਵਾਪਸ ਇੰਸਟਾਗ੍ਰਾਮ 'ਚ ਜਾਣਾ ਆ, ਬਿਲਕੁਲ ਕੋਰਨਰ